ਚੰਗੀ ਕਿਸਮਤ ਦੇ ਹਾਣੀ ਹੁੰਦੇ ਨੇ। ਆਓ ਕਰਦੇ ਹਾਂ ਜੀ ਬਾਕੀ ਦੋਸਤਾਂ ਦੇ ਨਾਲ ਵੀ ਗੱਲਬਾਤ। ਹਾਂਜੀ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਅਜਿਹਾ ਕੰਮ ਕਦੇ ਨਾ ਕਰੀਏ ਜਿਸ ਨਾਲ ਬਦਨਾਮੀ ਹੋਵੇ, ਉਸ ਕੰਮ ਨੂੰ ਨਿਤ ਨਿਤ ਕਰੀਏ ਜਿਸ ਦਾ ਹਰ ਕੋਈ ਹਾਮੀ ਹੋਵੇ। ਜੇ ਨਾ ਕੀਤੀ ਸੇਵਾ ਮਾਪਿਆਂ ਦੀ ਆਪਾਂ ਦੁੱਖਾਂ ਦੇ ਭਾਗੀ ਹੋਵਾਂਗੇ। ਇਸ ਗੱਲ ਨੂੰ ਚੇਤੇ ਰੱਖਿਓ ਵੀਰੋ, ਕਦੇ ਆਪਾਂ ਵੀ ਬੁੱਢੇ ਹੋਵਾਂਗੇ। ਦੇਖੋ ਬਜ਼ੁਰਗ ਸਾਡਾ ਸਰਮਾਇਆ, ਉਹਨਾਂ ਨੇ ਸਾਨੂੰ ਦੁਨੀਆ ਦਿਖਾਈ ਆ, ਤੇ ਮੈਨੂੰ ਲੱਗਦਾ ਵੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਆਪ ਮਹਾਰੀ ਹੋਊਗੀ। ਬਜ਼ੁਰਗ ਜਿਹੜੇ ਉਹ ਜਦੋਂ ਦੇਖਦੇ ਆ ਵੀ ਸਾਡਾ ਕੋਈ ਡੋਲਦਾ ਜਾਂ ਵਿਗੜਦਾ, ਸਾਨੂੰ ਉਹ ਸਮਝਾਉਂਦੇ ਆ, ਤੇ ਨੌਜਵਾਨ ਪੀੜ੍ਹੀ ਸਮਝਦੀ ਆ ਵੀ ਸ਼ਾਇਦ ਇਹ ਬਜ਼ੁਰਗ ਬੇਫਜ਼ੂਲੀ ਬੋਲ ਰਹੇ ਆ। ਇਸ ਕਰਕੇ ਉਹਨਾਂ ਦੀਆਂ ਗੱਲਾਂ ਨੂੰ ਚੰਗਾ ਨਹੀਂ ਸਮਝਦੇ, ਕਿਉਂਕਿ ਮੈਂ ਸਮਝਦਾ ਵੀ ਉਹ ਸਾਡੀ ਨੌਜਵਾਨ ਪੀੜ੍ਹੀ ਆ ਜਿਹੜੀ, ਉਹਨਾਂ ਨੂੰ ਉਹਨਾਂ ਦਾ ਬਣਦਾ ਮਾਣ ਸਤਿਕਾਰ ਕਰਨਾ ਚਾਹੀਦਾ, ਤੇ ਕਿਉਂਕਿ ਉਹਨਾਂ ਨੇ ਕਿੰਨੇ ਦੁੱਖ ਝੇਲੇ। ਇਸ ਅਸੀਂ ਦੁਨੀਆ 'ਤੇ ਆਏ ਹਾਂ, ਸਾਨੂੰ ਉਹਨੇ ਅੱਛੀ ਐਜੂਕੇਸ਼ਨ ਵੀ ਦਿੱਤੀ ਆ, ਸਾਨੂੰ ਆਪਣੇ ਕੰਮ ਕਾਰਾਂ 'ਤੇ ਵੀ ਲਾਤਾ। ਬਿਰਲਾ ਆਸ਼ਰਮਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਆ, ਉਹ ਸਾਡੀ ਸੰਸਕ੍ਰਿਤੀ ਦੇ ਬਿਲਕੁਲ ਉਲਟ ਆ। ਇਸ ਕਰਕੇ ਨੌਜਵਾਨ ਪੀੜ੍ਹੀ ਨੂੰ ਬਜ਼ੁਰਗਾਂ ਦਾ ਮਾਣ ਸਤਿਕਾਰ ਜ਼ਰੂਰ ਕਰਨਾ।